25 ਤਰੀਕ ਨੂੰ ਪਿੰਡ ਸਾਲੋ ਖਾਣਾ ਔੜ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ੋਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ। ਉਸ ਤੋਂ ਬਾਅਦ ਉੱਥੇ ਮੁਕੱਦਮਾ ਨੰਬਰ 46 ਥਾਣਾ ਔੜ ਦੇ ਵਿੱਚ ਦਰਜ ਕੀਤਾ ਗਿਆ ਅਤੇ ਦੌਰਾਨੇ ਤਫਤੀਸ਼, ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਇਨਪੁੱਟਸ ਦੀ ਮਦਦ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਹੜੀ SBS ਨਗਰ ਪੁਲਿਸ ਨੇ ਮਾੜੇ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ਼ ਇੱਕ ਮੁਹਿੰਮ ਚਲਾਈ ਹੈ, ਉਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਸਾਡੀ ਟੀਮ SP ਇਨਵੈਸਟੀਗੇਸ਼ਨ, DSP ਇਨਵੈਸਟੀਗੇਸ਼ਨ, DSP ਨਵਾਂਸ਼ਹਿਰ, CAA ਇੰਚਾਰਜ ਅਤੇ SHO ਔੜ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਤਿੰਨਾਂ ਦੋਸ਼ੀਆਂ ਨੇ 25 ਤਰੀਕ ਨੂੰ ਪਿੰਡ ਸਾਲੋ ਥਾਣਾ ਔੜ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ੋਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ। ਉਸ ਤੋਂ ਬਾਅਦ ਉੱਥੇ ਮੁਕੱਦਮਾ ਨੰਬਰ 46 ਥਾਣਾ ਔੜ ਦੇ ਵਿੱਚ ਦਰਜ ਕੀਤਾ ਗਿਆ ਅਤੇ ਦੌਰਾਨੇ ਤਫਤੀਸ਼, ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਇਨਪੁੱਟਸ ਦੀ ਮਦਦ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਨਾਮ ਦੋਸ਼ੀ ਗਗਨਪ੍ਰੀਤ ਸਿੰਘ ਉਰਫ ਗੱਗੂ, ਇਹ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਕੀਤੀ ਸੀ। ਇਹਦੇ ਕੋਲੋਂ ਇੱਕ ਪਿਸਤੌਲ, 32 ਬੋਲ ਅਤੇ ਇੱਕ ਮੈਗਜ਼ੀਨ ਵੀ ਰਿਕਵਰ ਹੋਇਆ ਅਤੇ ਜਿਹੜਾ ਰੇਕੀ ਲਈ ਵਰਤਿਆ ਮੋਟਰਸਾਈਕਲ ਸਪਲੈਂਡਰ ਸੀ ਉਹ ਵੀ ਇਹਦੇ ਕੋਲ ਰਿਕਵਰ ਹੋਇਆ। ਦੂਜਾ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ, ਇਹਨੇ ਪਹਿਲਾਂ ਰੇਕੀ ਦੇ ਵਿੱਚ ਮਦਦ ਕੀਤੀ ਸੀ। ਤੀਜਾ ਦੋਸ਼ੀ ਧੀਰਜ ਕੁਮਾਰ ਉਰਫ ਚੇਤਨ, ਇਹਨੇ ਵੀ ਰੇਕੀ ਦੇ ਵਿੱਚ ਮਦਦ ਕੀਤੀ ਸੀ। ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ, ਮੋਟਰਸਾਈਕਲ ਮਾਰਕਾ TVS ਰਾਈਡਰ, ਅਤੇ ਇੱਕ ਏਅਰ ਪਿਸਟਲ ਸੀਗੀ ਉਹ ਵੀ ਇਹਨਾਂ ਤੋਂ ਰਿਕਵਰ ਹੋ ਗਈ। ਸਰ, ਮੋਨੂ ਦਾ ਕਿੱਦਾਂ ਲਿੰਕ ਬਣਿਆ ਇਹਨਾਂ ਨਾਲ ਜੀ? ਇਹ ਜੀ ਆਪਸ 'ਚ ਪਹਿਲਾਂ ਹੀ ਜਾਣਦੇ ਸੀਗੇ। ਇਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਅਜੇ ਗ੍ਰਿਫਤਾਰ ਕਰਨੇ ਰਹਿੰਦੇ ਆ। ਜਿਹੜੇ ਮੌਕੇ 'ਤੇ ਸੀ ਟੋਟਲ ਤਿੰਨ ਦੋਸ਼ੀ ਆਏ ਸੀਗੇ, ਇੱਕ ਗਗਨਪ੍ਰੀਤ ਜਿਹੜਾ ਗ੍ਰਿਫਤਾਰ ਹੋ ਗਿਆ, ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਥਰੂ ਇਹਨਾਂ ਸਾਰਾ ਦਾ ਲਿੰਕ ਬਣਿਆ। ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈਗੀ ਹੈ, ਇਹਦੇ ਵਿੱਚ ਜਿਹੜਾ ਮੇਨ ਮਾਸਟਰ ਮਾਈਂਡ ਸੀਗਾ ਉਹ ਕਮਲ ਸੀਗਾ, ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ। ਇਹ ਜਿਹੜੇ ਹੈਗੇ ਆ ਇਹ ਉਹਦੇ ਪੁਰਾਣੇ ਜਾਣਕਾਰ ਹੈਗੇ ਆ ਰਵੀ ਭਲਾਚੌਰੀਆ, ਬਟ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇਹ ਕਮਲ ਨੇ। ਨਸ਼ਿਆਂ ਦੀ ਪੂਰਤੀ ਲਈ ਇਹਨਾਂ ਦੇ ਵਿੱਚ ਜਿਹੜੇ ਤਿੰਨਾਂ ਦੇ ਹਜੇ ਤੱਕ ਕੋਈ ਵੀ ਪੁਰਾਣਾ ਮੁਕੱਦਮਾ ਸਾਨੂੰ ਸਾਡੇ ਧਿਆਨ 'ਚ ਨਹੀਂ ਆਇਆ। ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕੀਤਾ ਸੀ, ਇਹਨਾਂ ਦਾ ਰਿਮਾਂਡ ਵੀ ਲੈ ਲਿਆ ਅਤੇ ਸਾਨੂੰ ਲੱਗਦਾ ਕਿ ਇਹਨਾਂ ਤੋਂ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਇਸ ਏਰੀਏ 'ਚ ਹੋਈਆਂ ਉਹ ਵੀ ਟਰੇਸ ਹੋ ਸਕਦੀ। ਸਰ, ਇਹਨਾਂ ਨੇ ਨਸ਼ਿਆਂ ਦੀ ਪੂਰਤੀ ਲਈ ਇਹ ਘਟਨਾ ਨੂੰ ਅੰਜਾਮ ਕੀਤਾ ਜਾਂ ਇਹਨਾਂ ਦੀ ਕੋਈ ਹੋਰ ਮਜਬੂਰੀ ਸੀ? ਇਹ ਦੇਖੋ ਜੀ, ਇਹਨਾਂ ਨੂੰ ਪੈਸੇ ਦੀ ਵੀ ਲੋੜ ਸੀਗੀ, ਹਜੇ ਤੱਕ ਇਹਨਾਂ ਵੱਲੋਂ ਨਸ਼ਾ ਕਰਨ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ, ਬਟ ਅਸੀਂ ਉਹ ਸਾਰੀ ਵੀ ਤਫਤੀਸ਼ ਕਰਾਂਗੇ ਕਿ ਜੀ ਇਹਨਾਂ ਨੇ ਕੋਈ ਨਸ਼ੇ ਦੀ ਪੂਰਤੀ ਕਰਨੀ ਸੀ ਜਾਂ ਪਹਿਲਾਂ ਕੋਈ ਅਜਿਹਾ ਕੰਮ ਤਾਂ ਨਹੀਂ ਸੀ। ਦੋ ਗੱਲਾਂ ਸਮਝਣਾ ਜ਼ਰੂਰੀ ਹੈ ਜੀ। ਇੱਕ ਤਾਂ ਦੁਕਾਨਦਾਰ ਨੇ ਕਿਹਾ ਸੀਗਾ ਕਿ ਏਅਰ ਗਨ ਸੀਗੀ, ਹੁਣ 32 ਬੋਲ ਵੀ ਬੜੀ ਹੋਈ ਹੈ ਗਗਨ ਦੇ ਕੋਲ, ਅਤੇ ਦੂਜੀ ਗੱਲ ਉਹਨੇ ਕਿਹਾ ਸੀ ਸਪਲੈਂਡਰ ਮੋਟਰਸਾਈਕਲ ਸੀ, ਅਤੇ ਇੱਥੇ ਆਪਾਂ ਪੜ੍ਹ ਪਾ ਰਹੇ ਕਿ TVS ਰਾਈਡਰ ਮੋਟਰਸਾਈਕਲ। ਅਸੀਂ ਜੀ ਜਦੋਂ ਮੌਕੇ 'ਤੇ ਸਾਡੇ ਅਫਸਰ ਗਏ ਸੀ ਉੱਥੋਂ 4 ਖੋਲ ਰਿਕਵਰ ਹੋਏ ਸੀ, ਜਦੋਂ ਦੁਕਾਨਦਾਰ ਨੂੰ ਸ਼ਾਇਦ ਕੋਈ ਗਲਤੀ ਲੱਗੀ ਹੋਵੇ। ਏਅਰ ਪਿਸਟਲ ਵੀ ਸੀਗਾ ਇਹਨਾਂ ਕੋਲ, 2 ਪਿਸਟਲ ਸੀਗੀਆਂ, ਅਤੇ ਮੌਕੇ ਤੋਂ 4 ਖੋਲ ਵੀ ਰਿਕਵਰ ਹੋਏ 32 ਬੋਲ ਦੇ, ਜਿਹੜੇ ਉਹ ਰਿਕਵਰ ਹੋਏ ਆ ਉਸੇ ਪਿਸਟਲ ਦੇ। ਅਤੇ ਦੂਜਾ ਇੱਕ ਏਅਰ ਪਿਸਟਲ ਸੀਗਾ ਜਿਹੜਾ ਨਕਲੀ ਪਿਸਟਲ ਸੀ, ਤਾਂ ਇਹ ਦੋਵੇਂ ਸੀਗੇ। ਦੂਜਾ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਪਹਿਲਾਂ ਰੇਕੀ ਲਈ ਯੂਜ਼ ਹੋਇਆ ਸੀ, ਅਸੀਂ CCTV ਫੁਟੇਜ ਵੀ ਦੇਖੀ ਆ, ਉਹਦੇ ਵਿੱਚ ਜਿਹੜਾ ਇਹੀ TVS ਮੋਟਰਸਾਈਕਲ ਹੈ ਇਹੀ ਦਿਖ ਰਿਹਾ। ਹੋਰ ਕੁਛ ਯੋਗ ਹੀ ਲੈਣ ਦਾ? ਹਾਂਜੀ ਹਾਂ, ਇਹਨਾਂ ਦੇ ਵਿੱਚ ਜਿਹੜੇ 2 ਬੰਦੇ ਆ ਉਹ ਅਜੇ ਫੜਨ ਵਾਲੇ ਰਹਿੰਦੇ ਹੈਗੇ, ਇਹ ਟੋਟਲ 5 ਮੈਂਬਰ ਸੀਗੇ ਜਿਹਨਾਂ ਨੇ ਸਾਰਾ ਪਲਾਨ ਕੀਤਾ। ਸਰ, ਸੰਦੀਪ ਤੇ ਸਰ, ਇਹਦੇ ਵਿੱਚ ਸਾਨੂੰ ਮੌਕੇ ਤੋਂ 4 ਖਾਲੀ ਪੋਲ ਮਿਲੇ ਹੈਗੇ ਜੀ, ਬੱਤੀ ਐਕਸਟਰਾ ਕੋਈ ਨਹੀਂ। ਹਾਂਜੀ ਐਕਸਟਰਾ। ਸਰ, ਇੱਕ ਗੈਂਗਸਟਰ ਦਾ ਆ ਰਿਹਾ ਇੱਥੇ, ਨਾਂ ਸੰਦੀਪ ਕੁਮਾਰ ਦਾ, ਇਹਨਾਂ ਦਾ 2 ਸੀਗਾ, ਇਹ ਕਿੱਦਾਂ ਦੀ? ਇਹ ਜਿਹੜੇ ਇਹਨਾਂ ਦੇ ਵਿੱਚ ਜਿਹੜੇ 2-3 ਬੰਦੇ ਆ ਜੀ, ਇਹ ਪੁਰਾਣੇ ਜਿਹੜਾ ਹੈਗੇ ਰਵੀ ਬੱਲਾਚੌਰੀਆ ਨੂੰ ਪੁਰਾਣੇ ਜਾਣਦੇ ਸੀ। ਸਰ, ਜਿਹੜੇ ਨਹੀਂ ਫੜੇ ਗਏ ਉਹ ਪਿੱਛੇ ਕਰੇ ਹੋ ਭਾਜੀ, ਇਹਦੇ ਵਿੱਚ ਜਿਹੜਾ ਗਗਨਪ੍ਰੀਤ ਹੈ ਉਹ ਵੀ ਰਵੀ ਬੱਲਾਚੌਰੀਆ ਨੂੰ ਪੁਰਾਣਾ ਜਾਣਦਾ। ਉਹ ਤਾਂ ਜੇਲ੍ਹ ਵਿੱਚ ਚਲੇ ਗਏ, ਰਾਬਤਾ ਜਿਹੜਾ ਪਹਿਲਾਂ ਜੇਲ੍ਹ ਯਾਤਰਾ ਕਰ ਟੁੱਟਾ।
ਇਹ ਨਹੀਂ ਜੀ, ਇਹ ਜਿਹੜਾ ਇਹਨਾਂ ਦਾ ਰਾਸਤਾ ਜਿਹੜਾ ਦੂਜਾ ਜਿਹੜਾ ਫੜਿਆ ਨਹੀਂ ਗਿਆ ਜੀ, ਉਹਦੇ ਥਰੂ ਇਹਨਾਂ ਦਾ ਹਾਂਜੀ ਉਹ ਅਸੀਂ ਜੀ ਅੱਜ ਹੀ ਰਿਮਾਂਡ ਲਿਆ ਹੈਗਾ ਇਹਨਾਂ ਦਾ, ਉਹ ਅਸੀਂ ਇਹਨਾਂ ਤੋਂ ਜਿਹੜੀ ਇਹ ਪਿਸਟਲ ਇੱਕ ਬੜਾ ਇਹ ਵਧੀਆ ਵੈਪਨ ਹੈਗਾ ਜਿਹੜਾ ਪਿਸਟਲ 32 ਉਹ ਵੀ ਅਸੀਂ ਪੁੱਛਾਂਗੇ ਕਿ ਕਿੱਥੋਂ ਲੈ ਕੇ ਆਏ ਆ, ਕਿੱਥੋਂ ਇਹਨਾਂ ਨੇ ਜਿਹੜੇ ਦੂਜੇ ਰਾਉਂਡ ਸੀਗੇ ਉਹ ਖਰੀਦੇ ਅਤੇ ਇਹ ਪਿਸਟਲ ਕਿੱਥੋਂ ਖਰੀਦੇ? ਸਰ ਕਿੰਨੀ ਉਮਰ ਦੇ, ਕਿੰਨੀ ਉਮਰ ਦੇ ਹੈਗੇ ਜੀ? ਇਹ ਜਿਹੜਾ ਗਗਨਪ੍ਰੀਤ ਹੈ ਜੀ ਇਹਦੀ ਉਮਰ 24 ਸਾਲ ਹੈ, ਨਵਜੋਤ ਦੀ 21 ਸਾਲ ਅਤੇ ਜਿਹੜਾ ਧੀਰਜ ਹੈ ਉਹਦੀ 22 ਸਾਲ ਹੈ। ਰਿਮਾਂਡ ਕਿੰਨਾ ਸਰ? ਰਿਮਾਂਡ ਕਿੰਨਾ? 2 ਦਿਨ ਦਾ ਰਿਮਾਂਡ ਮਿਲਿਆ ਹੈ ਸਾਨੂੰ, ਅਸੀਂ ਅੱਜ ਹੀ ਪੇਸ਼ ਕੀਤਾ ਹੈ। ਇੱਥੇ ਜਿਹੜਾ ਨਵਜੋਤ ਧੀਰਜ ਜਿਹੜੇ ਦੋ ਹੈਗੇ, ਇਹਨਾਂ ਦੇ ਡੈਥ ਵਿੱਚ ਇਨਵੋਲਵਮੈਂਟ ਹੈ ਜਾਂ ਹੋਰ ਕੁਝ? ਨਹੀਂ, ਮੌਕੇ 'ਤੇ ਸਿਰਫ ਜਿਹੜਾ ਇਹਨਾਂ 'ਚੋਂ ਗਗਨਪ੍ਰੀਤ ਸਿੰਘ ਉਰਫ ਗੱਗੂ ਮੌਕੇ 'ਤੇ ਸੀਗਾ, ਇਹਨੇ ਫਾਇਰਿੰਗ ਵੀ ਕੀਤੀ, ਜਿਹੜੇ ਦੋ ਨਵਜੋਤ ਅਤੇ ਧੀਰਜ ਹੈ ਇਹਨਾਂ ਨੇ ਪਹਿਲਾਂ ਰੇਕੀ ਕੀਤੀ ਸੀ। ਸਾਨੂੰ ਲੱਗਦਾ ਕਿ ਹੋਰ ਵੀ ਇਹਨਾਂ ਤੋਂ ਵਾਰਦਾਤਾਂ ਟਰੇਸ ਹੋ ਸਕਦੀਆਂ, ਬਟ ਹਜੇ ਤੱਕ ਕੋਈ ਪਹਿਲਾ ਮੁਕੱਦਮਾ ਸਾਡੇ ਧਿਆਨ 'ਚ ਨਹੀਂ ਆਇਆ ਇਹਨਾਂ ਦੀ। ਸਰ ਸੰਦੀਪ ਦੇ ਨਾਲ ਸੰਪਰਕ ਕਿੱਦਾਂ ਕਰਦੇ ਸੀ? ਉਹ ਜੇਲ੍ਹ ਦੇ ਵਿੱਚ ਆ, ਇਹ ਸਾਰੇ ਬਾਹਰ ਸੀ, ਕਿੱਦਾਂ ਇਸ ਕਰਦੇ ਸੀ? ਤੁਹਾਨੂੰ ਇੱਦਾਂ ਲੱਗਦਾ ਕਿ ਜੇਲ੍ਹ ਦੇ ਵਿੱਚ ਮੋਬਾਈਲ ਯੂਜ਼ ਹੁੰਦੇ ਤਾਂ ਇਹਨਾਂ ਸੰਪਰਕ ਕਰਦੇ ਸੀ, ਇਹਦਾ ਸੰਪਰਕ ਕਿੱਦਾਂ ਬਣਿਆ ਉਹਨਾਂ? ਇਹ ਦੇਖੋ ਜੀ, ਇਹ ਉਹਨਾਂ ਦੇ ਪੁਰਾਣੇ ਜਾਣਕਾਰ ਹੈਗੇ ਆ, ਬਟ ਇਸ ਵਾਰਦਾਤ ਦੇ ਵਿੱਚ ਉਹਦਾ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ, ਇਹ ਵੈਸੇ ਅਸੀਂ ਲਿਖਿਆ ਸਰ ਦਿਸ਼ਾ ਨਿਰਦੇਸ਼ਾਂ 'ਤੇ ਤੁਸੀਂ ਲਿਖਿਆ ਸਰ, ਦਿਸ਼ਾ ਨਿਰਦੇਸ਼ਾਂ 'ਤੇ ਨਹੀਂ ਉਹ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ, ਇਹ ਨਿਰਦੇਸ਼ ਕਿੱਦਾਂ ਮਿਲ ਗਿਆ ਨਾ ਜੀ? ਇਹ ਜੀ ਕਿਸੇ ਨਾ ਕਿਸੇ ਥਰੂ ਲਿੰਕ ਹੋਇਆ ਹੋਣਾ ਜਾਂ ਕੋਈ ਜੇਲ੍ਹ ਜਾ ਕੇ ਮਿਲਿਆ ਹੋਣਾ ਜਾਂ ਮੋਬਾਈਲ ਥਰੂ, ਸਾਰਾ ਅਸੀਂ ਤਫਤੀਸ਼ 'ਚ ਦੇਖਾਂਗੇ। ਮਤਲਬ ਮੇਕ ਸ਼ੋਰ ਨਹੀਂ ਹੈਗੇ ਆਪਾਂ? ਹਾਂਜੀ ਹਾਂ, ਹਜੇ ਤੱਕ ਉਹ ਤਫਤੀਸ਼ ਦਾ ਪਾਰਟ ਹੈ ਜੀ, ਹਜੇ ਤੱਕ ਸਾਨੂੰ ਕਲੀਅਰ ਨਹੀਂ।